ਜੀ ਬਲੱਡ ਲਾਈਨ ਨਾਲ ਤਾਂ ਉਸਦਾ ਬੂੰ ਸਾਰਾ ਤਲੁਕ ਹੈ ਜੀ। ਪਰੰਤੂ ਕਬੂਤਰ ਸਿਆਪਾ ਵਹਿੰਦੇ, ਚੰਮਾ ਤੋਂ ਸਿਆਪਾ ਵਹਿੰਦੇ, ਅੱਖ ਤੋਂ ਸਿਆਪਾ ਵਹਿੰਦੇ। ਪਰਵਾਦ ਹੈ ਦੋਨੋਂ ਕੀ ਸੀ ਏਕ ਫਿਜ਼ਾ ਮੇਂ, ਕਰਗਸ ਕਾ ਜਹਾਂ ਔਰ ਹੈ, ਸ਼ਾਹੀ ਕਾ ਜਹਾਂ ਔਰ। ਅਸਲਾਮ ਅਲੈਕੁਮ ਦੋਸਤੋ, ਮੀਆਂ ਵਾਲੀ ਲਾਇਨ ਪੀ ਕੇ ਅਤੇ ਪ੍ਰੋਗਰਾਮ ਮੀਆਂ ਵਾਲੀ ਦੇ ਸ਼ੌਕ ਹੈ। ਮੇਜ਼ਬਾਨ ਗੁਲਾਮ ਮੁਹੀਉਦੀਨ ਹਾਜ਼ਰ ਹੈ। ਸਾਡੇ ਅੱਜ ਦੇ ਮਹਿਮਾਨ ਹਨ ਕਬੂਤਰ ਪਰਵੀਜ਼ ਦੇ ਇੱਕ ਯੰਗ ਪਲੇਅਰ ਮਲਿਕ ਜੁਨੇਦ ਬੱਚਾ ਅਫਜ਼ਾਲ ਜਨੂਬੀ। ਤੁਹਾਨੂੰ ਖੁਸ਼ ਆਮਦੇਦ ਦੱਸਾਂ ਜੀ। ਮਲਿਕ ਜੁਨੇਦ ਬੱਚਾ ਅਫਜ਼ਾਲ ਜਨੂਬੀ ਜਿਨ੍ਹਾਂ ਅਸੂਜ 2022 ਦੇ ਵਿੱਚ ਮੁਖਤਲਿਫ ਟੂਰਨਾਮੈਂਟਾਂ ਦੇ ਵਿੱਚ ਇੱਕ ਸ਼ਾਨਦਾਰ ਕਾਰਕਰਦਗੀ ਦਿਖਾਈ ਹੈ ਅਤੇ ਤਹਿਸੀਲ ਲੈਵਲ ਅਤੇ ਇਲਾਕਾਈ ਲੈਵਲ ਦੇ ਉੱਤੇ ਇਹਨੇ ਇੱਕ ਨੁਮਾਇਆਂ ਕਾਰਕਰਦਗੀ ਦਿਖਾਉਂਦਾ ਹੋਇਆ ਪੁਜ਼ੀਸ਼ਨ ਵੀ ਹਾਸਿਲ ਕੀਤੀਆਂ। ਭਾਈ ਜੁਨੇਦ, ਤੁਸੀਂ ਤਹਿਸੀਲ ਲੈਵਲ ਅਤੇ ਮੁਤਾਦਿਦ ਕੱਪਾਂ ਦੇ ਵਿੱਚ ਅਤੇ ਇਲਾਕਾਈ ਲੈਵਲ 'ਤੇ ਪੁਜ਼ੀਸ਼ਨ ਹਾਸਿਲ ਕੀਤੀਆਂ, ਤੁਹਾਡੀ ਕੀ ਫੀਲਿੰਗ ਦਿਨ ਕੀ ਫੀਲ ਕਰਦੇ ਪਏ ਹੋ? ਅਸਾਂ ਜੀ ਬੜਾ ਇੰਜੋਏ ਕੀਤੇ, ਬੜਾ ਮਜ਼ਾ ਆਇਆ ਸ਼ੌਂਕ ਕਰਨ ਦਾ ਇਸ ਦਫ਼ਾ, ਅਤੇ ਸਾਰੇ ਦੋਸਤ ਨਾਲ ਮਿਲ ਕੇ ਜਿਹੜਾ ਨਾ ਸ਼ੌਂਕ ਕੀਤੀ ਸੀ। ਅੱਛਾ, ਬਹੁਤ ਮਜ਼ਾ ਆਇਆ ਜੀ। ਇਨਸਾਨ ਜਿਹੜੀ ਫੀਲਡ 'ਚ ਆਉਂਦਾ ਹੈ, ਜਿਹੜੇ ਸ਼ੌਂਕ 'ਚ ਬਹਿੰਦਾ, ਉਸਦਾ ਇੱਕ ਮਾਇੰਡ ਸੈੱਟ ਆਉਂਦਾ ਹੈ। ਮਾਇੰਡ ਸੈੱਟ ਉਸਦਾ ਹੀ ਆਉਂਦਾ ਬਈ ਕਿ ਸ਼ੌਂਕ 'ਚ ਕਿਹੜੇ ਮਿਆਰ 'ਤੇ ਵੈਸੀ, ਤੁਹਾਡਾ ਸ਼ੌਂਕ ਦਾ ਮਨਸ਼ੂਰ ਕੀ ਆ, ਵੀ ਕਿੱਥੇ ਵਾਂਝ ਕੇ ਅਸਾਂ ਸ਼ੌਂਕ ਨੂੰ ਮੁਕਾਵਣਾ ਜਾਂ ਸਾਡੀ ਸ਼ੌਂਕ ਕਿਸ ਹੱਦ 'ਤੇ ਵਾਂਝ ਸਕੇ? ਅਸਾਂ ਮਤਲਬ ਸ਼ੁਰੂਆਤ ਤੋਂ ਸਾਡਾ ਮਨਸ਼ੂਰ ਹੀ ਆ ਵੀ ਅਸਾਂ ਆਪਣੇ ਸ਼ੌਂਕ ਨੂੰ ਜਿਹੜਾ ਨਾ ਪੰਜਾਬ ਲੈਵਲ 'ਤੇ ਖੜ੍ਹਨਾ। ਅੱਛਾ ਜੀ, ਮਾਸ਼ਾਅੱਲਾ ਮਿਹਨਤ ਕਰੇ ਨਿਆਣਿਆਂ, ਅਤੇ ਅੱਲਾਹ ਤਾਲਾ ਜਿਹੜਾ ਨਾ ਮਿਹਨਤ ਦਾ ਸੰਸਿਲਾ ਰਹਿੰਦਾ ਪੀ ਹੈ, ਮਜ਼ੀਦ ਇਨਸ਼ਾਅੱਲਾ ਅਸਾਂ ਆਪਣੇ ਸ਼ੌਂਕ ਨਾਲ ਖੜ੍ਹੇ ਸੂੰ। ਕਬੂਤਰ ਬਾਅਦ ਇੱਕ ਵਾਹਿਦ ਸ਼ੌਂਕ ਹੈ ਮੇਰੇ ਖਿਆਲ ਨਾਲ ਬਈ, ਜਿਹੜੀ ਦੇ ਵਿੱਚ ਲੁਘਾ ਬੰਦਾ ਕਾਮਯਾਬ ਨਹੀਂ, ਕਾਫੀ ਦੋਸਤ ਅਬਾਬ ਦੀ ਜ਼ਰੂਰਤ ਪੜਦੀ ਹੈ, ਅਤੇ ਤੁਹਾਡੀ ਇਸ ਕਾਮਯਾਬ ਕਬੂਤਰ ਬਾਅਦ ਦੇ ਵਿੱਚ ਕਹਿੰਦਾ ਹੱਥ ਦੇ ਪਿੱਛੇ ਪਿੱਛੇ ਜੀ, ਮਤਲਬ ਹੈ ਕਿ ਇਹ ਸ਼ੌਂਕ ਇਹ ਲੁਘੀ ਸ਼ੌਂਕ ਥੀ ਵੀ ਨਹੀਂ ਸਕਦੀ ਜੀ, ਅਤੇ ਇਸ ਸ਼ੌਂਕ ਵਾਸਤੇ ਜਿਹੜਾ ਨਾ ਦੋਸਤ ਅੱਬਾ ਬਹੁਤ ਲਾਜ਼ਮੀ। ਅੱਛਾ ਜੀ, ਅਤੇ ਇਸ ਦੇ ਵਿੱਚ ਮੇਨ ਕਿਰਦਾਰ ਸਾਡੇ ਦੋਸਤ ਹਨ, ਆਪਣਾ ਪੱਪੂ ਸਿਆਲ ਹੋ ਗਿਆ, ਉਸ ਤੋਂ ਬਾਅਦ ਆਪਣਾ ਇਹ ਹੋ ਗਿਆ ਰਮਜ਼ਾਨ ਹੋ ਗਿਆ, ਸਈਦ ਹੋ ਗਿਆ, ਸ਼ਫੀਕ ਹੋ ਗਿਆ ਅਫਤਾਬ, ਅਤੇ ਆਪਣਾ ਇਕਬਾਲ ਅਤੇ ਸ਼ਰੀਫ ਅਡਵਰਡ। ਜੁਨੇਦ ਬਾਈ, ਜਿਹੜੀ ਫੀਲਡ ਵੀ ਹੈ ਸ਼ੌਂਕ ਦੀ, ਉਹ ਇਨਸਾਨ ਦੀ ਇੱਕ ਪਰਸਨੈਲਿਟੀ 'ਤੇ ਗਹਿਰਾ ਅਸਰ ਕਰਦੀ, ਤੁਸੀਂ ਦੱਸਦੇ ਬਈ ਕਬੂਤਰ ਬਾਦੀ ਦੀ ਫੀਲਡ 'ਚ ਆਵਣ 'ਤੇ ਇਨਸਾਨ ਦੀ ਪਰਸਨੈਲਿਟੀ 'ਤੇ ਕੀ ਅਸਰ ਥੀਂਦਾ? ਇਸ 'ਤੇ ਜੀ ਬਹੁਤ ਸਾਰਾ ਅਸਰ ਤਾਂ ਥੀਂਦਾ, ਵੈਸੇ ਇਸ ਸ਼ੌਂਕ ਨੂੰ ਸਾਡੇ ਮਾਸ਼ਰੇ ਦੇ ਵਿੱਚ ਅੱਛਾ ਤਾਂ ਨਹੀਂ ਗਿਣਾ ਹੁੰਦਾ ਜੀ, ਅਤੇ ਮੇਰੇ ਹਿਸਾਬ ਵਿੱਚ ਤਾਂ ਇਹ ਸ਼ੌਂਕ ਬਹੁਤ ਅੱਛਾ ਹੈ ਜੀ, ਅਤੇ ਇਸ ਨਾਲ ਇਨਸਾਨ ਦਾ ਬਹੁਤ ਸਾਰੇ ਤਲਾਕਾਤ ਵੱਧਦੇ ਨੇ। ਅੱਛਾ ਜੁਨੇਦ ਬਾਈ, ਸਾਨੂੰ ਨਾ ਕਬੂਤਰਾਂ ਦਾ ਸ਼ੌਂਕ ਕਰਵਾਓ, ਜਿੰਨਾ ਅਸੂਜ 2022 ਦੇ ਵਿੱਚ ਤੁਹਾਡੀ ਕਾਰਕਰਦਗੀ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ, ਇਹਦਾ ਸ਼ੌਂਕ ਕਰਵਾਇਆ ਜੀ। ਇਹ ਸਾਡਾ ਕਲਦਮਾ ਕਬੂਤਰ ਹੈ ਜੀ, ਆਖਰੀ ਖਬਰ, ਅਤੇ ਇਹਦਾ ਕੋ ਨਾਂ ਕਲਦਮਾ ਕਬੂਤਰ, ਕਾਲੀ ਕੜੀਆ ਲਾ ਦਿਆਂ ਜੀ। ਠੀਕ ਹੋ ਗਿਆ ਜੀ, ਅਤੇ ਠੀਕ ਹੋ ਗਿਆ ਜੀ। ਇਸ ਕਬੂਤਰ ਦੇ ਬਾਰੇ ਦੱਸਾਏ ਕੋ ਥੋੜ੍ਹਾ ਜਿਹਾ? ਇਹ ਸਾਡਾ 19 ਨੰਬਰ ਕਬੂਤਰ ਹੈ ਜੀ। ਅੱਛਾ ਜੀ ਜੀ, ਹਾਂ, ਇਸ 5 ਪਰਵਾਦਾਂ ਦੇ ਵਿੱਚ 55 ਘੰਟਾ ਪੜਾ ਹੈ। ਅੱਛਾ ਜੀ, ਅੱਖ ਦਾ ਸ਼ੌਕ ਕਰਵਾਇਆ ਜੀ। ਹਾਂ, ਠੀਕ ਹੋ ਗਿਆ ਜੀ। ਪਰ ਲਿਖਵਾ ਸਰ, ਠੀਕ ਹੈ, ਦੋਮ ਲਿਖਵਾ। ਇਹ ਤੁਹਾਡੇ ਘਰ ਦੀ ਬਰੀਡ ਹੈ ਭਾਈ? ਨਹੀਂ ਜੀ, ਇਹ ਸਾਡੇ ਇੱਕ ਦੋਸਤ ਹਨ। ਅੱਛਾ ਜੀ ਜੀ, ਉਸ ਇਹ ਕਬੂਤਰ ਦਿੱਤਾ ਜੀ। ਅੱਛਾ, ਤੁਸੀਂ ਇਹ ਦੱਸਾਇਆ ਬਈ ਕਾਫੀ ਬਰੀਡਾਂ ਹਨ ਵੈਸੇ ਤਾਂ ਪਾਕਿਸਤਾਨ ਦੇ ਵਿੱਚ, ਅਤੇ ਮੀਆਂ ਵਾਲੀ ਪਿਪਲਾਂ ਦੇ ਵਿੱਚ ਕਿਹੜੀ ਬਰੀਡ ਜ਼ਿਆਦਾ ਕਾਮਯਾਬ ਹੈ? ਸਾਡੇ ਪਿਪਲਾਂ ਦੀ ਬਰੀਡ ਜਿਹੜੀ ਹੈ, ਦੇਸੀ ਕਬੂਤਰ ਜਿਹੜੇ ਹਨ। ਅੱਛਾ ਜੀ ਜੀ, ਹਾਂ, ਉਹ ਰਿਜ਼ਲਟ ਬਹੁਤ ਅੱਛਾ ਜੀ। ਠੀਕ ਹੋ ਗਿਆ ਜੀ, ਹਾਂ। ਅੱਛਾ, ਕਾਮਯਾਬ ਉਹ ਇਨਸਾਨ ਥੀਂਦਾ ਹੈ ਜਿਹੜੇ ਦੇ ਵਿੱਚ ਇੱਕ ਮੁਨਫਰਿਦ ਹੋਵੇ, ਬਾਕੀਆਂ ਦੂਜੀ ਸਰਗਰਮੀਆਂ ਜ਼ਿਆਦਾ ਹੋਵੇ, ਬਾਕੀ ਲੋਕਾਂ ਵੀ ਟੂਰਨਾਮੈਂਟ 'ਚ ਹਿੱਸਾ ਕੀਤਾ, ਲੇਕਿਨ ਤੁਹਾਡੇ ਵਿੱਚ ਕਿਹੜੀ ਐਸੀ ਮੁਨਫਰਿਦ ਉਹ ਹਾਈ ਕੁਆਲਿਟੀ ਜਿਹੜੀ ਤੁਹਾਨੂੰ ਕਾਮਯਾਬ ਕੀਤਾ? ਅਸਾਂ ਜੀ, ਮੇਨ ਚੀਜ਼ ਇਹ ਬਈ ਮਿਹਨਤ ਇਨਸਾਨ ਦੀ, ਜਿਹੜਾ ਇਨਸਾਨ ਮਿਹਨਤ ਕਰਿੰਦੇ ਅੱਲਾਹ ਤਾਲਾ ਉਸਨੂੰ ਕਾਮਯਾਬ ਵੀ ਕਰਿੰਦੇ। ਸਹੀ ਹੋ ਗਿਆ ਜੀ, ਹਾਂ, ਅਤੇ ਮਿਹਨਤ ਅਸਾਂ ਬਹੁ ਕੀਤੀ, ਅੱਲਾਹ ਤਾਲਾ ਸਾਨੂੰ ਮਿਹਨਤ ਸਿਲਾ ਵੀ ਦਿੱਤੇ। ਅੱਛਾ, ਬਾਦ ਸ਼ੌਕੀਨ ਹਜ਼ਰਾਤ ਐਸੇ ਹਨ ਜਿਹੜੇ ਪੱਠੇ ਕਬੂਤਰ ਟੂਰਨਾਮੈਂਟਾਂ ਦੇ ਵਿੱਚ ਪਾ ਰਹਿੰਦੇ ਨੇ, ਅਤੇ ਪੱਠਿਆਂ ਦੇ ਪੱਕਾਂ ਦੀ ਨਸਾਇਜ ਹੈ ਬਈ, ਜਿਹੜੇ ਬੁੱਢੇ ਕਬੂਤਰ ਪੂਰੇ ਆਉਂਦੇ ਨੇ ਉਹਨਾਂ ਦੀ ਪਰਵਾਜ਼ ਕਿਹੜੀ ਆਉਂਦੀ, ਅਤੇ ਜਿਹੜੇ ਪੱਠੇ ਆਉਂਦੇ ਉਹਨਾਂ ਦੀ ਵੀ ਨਸਾਇ ਸੋਚੋ। ਮੇਰੇ ਹਿਸਾਬ ਵਿੱਚ ਤਾਂ ਟੂਰਨਾਮੈਂਟਾਂ ਦੇ ਵਿੱਚ ਜਿਹੜਾ ਨਾ ਵੱਡਾ ਕਬੂਤਰ ਪਾਉਣਾ ਚਾਹੀਦਾ ਹੈ ਜੀ, ਹਾਂ, ਅਤੇ ਉਹ ਕਬੂਤਰ ਆਪਣਾ ਡਾਰ ਦੇ ਵਿੱਚ ਲੰਬੀ ਪਰਵਾਜ਼ ਦੇ ਵਿੱਚ ਜਿਹੜਾ ਨਾ ਜ਼ਾਇਆ ਵੀ ਨਹੀਂ ਥੀਂਦਾ ਜੀ। ਸਹੀ, ਜਿਹੜਾ ਪੱਠਾ ਆਉਂਦਾ ਉਸਨੂੰ ਮੇਰੇ ਹਿਸਾਬ ਵਿੱਚ ਤਾਂ ਟੂਰਨਾਮੈਂਟ ਨਹੀਂ ਉਡਾਉਣਾ ਚਾਹੀਦਾ, ਅਤੇ ਉਸਦਾ ਕੋਈ ਇਤਬਾਰ ਕੋ ਨਹੀਂ ਹੁੰਦਾ, ਕਿਸੇ ਟਾਈਮ ਵੀ ਜਿਹੜਾ ਨਾ ਆਪਣਾ ਆਊਟ ਥੀ ਸਕਦਾ। ਕਿਉਂਕਿ ਨੈਪੋਲੀਅਨ ਹਿਲ ਇੱਕ ਬਹੁਤ ਵੱਡਾ ਰਾਈਟਰ ਆਈ, ਅਤੇ ਉਸ ਲਿਖਿਆ ਹੈ ਬਈ ਇਨਸਾਨ ਦੇ ਵਿੱਚ ਟੋਟਲ 26 ਇਮੋਸ਼ਨ ਹਨ, ਜਿਹੜਾ ਦੇ ਵਿੱਚ ਡੂ ਉਸਨੂੰ ਕਾਮਯਾਬ ਅਤੇ ਨਾਕਾਮ ਕਰਦੇ ਨੇ। ਇੱਕ ਲਾਵ ਇਮੋਸ਼ਨ ਅਤੇ ਇੱਕ ਹੇਟ ਇਮੋਸ਼ਨ। ਲਾਵ ਇਮੋਸ਼ਨ ਉਹ ਜਿਹੜਾ ਬੰਦਾ ਆਪ
अपने प्यार तू अपने जज्बे तू आंदा है हिट इमोशन ये भी कोई पता हिट कर वे कोई चैलेंज दे रहे हुए तो पता चैलेंज तो पूरा उतरे थोड़े शौक किस उस चलना पे असा जी अपनी शौक तो आया इस फील्ड के बच्चे अच्छा जी सा जी मतलब है किसी ना कोई हिट शिट नहीं जी सन वैसे मतलब है कबूतरबाजी इश्क मुहब्बत है असा इस वजह तो इस शौक के बच्चे आया बाकी सारे ये मंशहूर कौन ही पैसा कह दिया ना तू आया या कोई ऐसा वैसा मतलब है अच्छा जी हाँ काफ़ी टूर्नामेंट थे इतने इलाकाई तो कोई तहसील लैवल वाले एक दूँ थोड़ी तुसा हिस्सा कहता है जी ये दस ऐसा भाई टूर्नामेंटा के कोई ऐसा वीक पॉइंट जो दिखा हो जो तुम मशवरा देना चाहो भाई अगले साल ना हो सारे अच्छे जुनेद भाई एक अच्छे ते मियारी कबूतर दी पहचान दस देवाए भाई अच्छे कबूतर दी पहचान ता जेड़ा ना आसमान करेंदा है वैसे कबूतर दे विच कोई क्वालिटियां होनियां जी उसकी पहचान करानी पर तो कबूतर स्यापा वेंदे चम्मा तो स्यापा वेंदे अग तो स्यापा वेंदे अच्छा ये चीज़ा जो कबूतर दिया अच्छे से बुरे दसैनियाँ भी कबूतर अच्छा है एक अच्छा कबूतर म्यारी कबूतर जो शाम शाम दरवाजा ने भी उसका ब्लड लाइन नाल किस हद तक तल्लुक है भाई ब्लड लाइन नाल तो उसका बहुत सारा तल्लुक है जी अच्छा जी जी चीज़ भी उसका जो ना खून जो ना वो अगू दसेंदा है भी कबूतर जो होता है वह अगू रिजल्ट देंदा है जी जो मतलब है कि नस्लों का पता देती है नस्ल अच्छी होती कबूतर की अच्छी होती अच्छा होती बिल्कुल जी अच्छा ये तो लाजमी है असूज 2022 के शौक का मजा कहने लाए या पिछा तुसा कहने शौक किया हो तो बहुत मुतमैन एक दिली दिलचस्पी शौक किया हो जे अगे ही शौक करने मुतमैन होवो असा जी मतलब है कि शौक करना चाहते हैं मलिक नहीं हम नाल अच्छा जी जी अगे भी सा शौक थिए अच्छा जी तो उस बाद इस साल भी अस हक आए लेकिन उन्होंने कोई मजबूरी मसल मसायल उन्होंने शौक सा नहीं किया अच्छा जी इंशाला अगर सीद है भी वो सा शौक करे सन अल्लाह पाक ने हर चीज़ का एक टाइम मुकर्र किया इसी तरह पता कहीं शौक चाहे या तलीमी सिलसिला है काफ़ी साल की मेहनत तो बाद इंसान वाज कामयाब एक म्यार अपड़द तुसा दसाया तो भाई कबूतर परवरी कबूतरबाजी के सिलसिले के इंसान एक म्यार आव वास्ते एक कामयाबी हासिल करने कितना वक्त दरकार है इस वास्ते तो जी बहुत सारा वक्त दरकार है अच्छा जी तो बंदा काफ़ी नाकामी तो बाद बंदा कामयाब थे जी तो सारी शौक तो हाले जो अनकम्प्लीट है जी तो कोशिश करें अल्लाह पाक सन कामयाब करे सी जी सही है मजीद अपने शौक लगा खड़े सो जी तो उन्हें राबा ने एक गरीब मजदूर आई तो काफ़ी स्ट्रेसफुल लाइफ गुजारण तो बाद कामयाब थे तो उस काफ़ी किताबा लिखियां वो आदा है भाई फ्लैक्सीबिलिटी इन ह्यूमन नेचर इज़ वेरी इंपॉर्टेंट टू बिकम अ सक्सेसफुल पर्सन यानी इंसान के अंदर जितने तीन झुकाव ना हो कामयाब नी फ्लैक्सीबिलिटी होनी लाजमी है तो नरम दिल नरम मिजाज लोग खुशियाँ वंडन वाले लोग जड़े अक्सर कामयाब होते हैं तो भाई जुनेद भी काफ़ी मेहमान नवाज खुश अखलाक हैं तो सारी दुआ है अल्लाह पाक इन्हें मजीद हर फील्ड के कामयाबियाँ ता करे थाई अपने आज के प्रोग्राम का एंड कर सा अब तो जाते हैं बुत कदे से मीर अब तो जाते हैं बुत कदे से मीर फिर मिलेंगे अगर खुदा लाया इंशाल्लाह मिल सके नवे प्रोग्राम लैजेंड उस्ताद दे अमरा इजाजत चाहसुन अल्लाह निगेबान।